ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਐਗਜ਼ਾਮ ਜਵਾਬ ਦੇ ਵਿੱਚ ਤੇ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਾਨੀ ਕਿ ਪੀਐਸਪੀਸੀਐਲ ਬਾਰੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੀਐਸਪੀਸੀਐਲ ਦੇ ਵੱਲੋਂ ਥੋੜੇ ਜਿਹੇ ਟਾਈਮ ਪਹਿਲਾਂ ਅਸਿਸਟੈਂਟ ਲਾਈਨਮੈਨ ਦੀ ਜੋ ਕਿ ਵੈਕੈਂਸੀਆਂ ਕਢਾਈਆਂ ਗਈਆਂ ਸੀ ਤੇ ਇਹਨਾਂ ਦੇ ਵਿੱਚ ਤੁਹਾਨੂੰ ਜਿਵੇਂ ਕਿ ਪਤਾ ਹੀ ਹੋਵੇਗਾ ਸਭ ਤੋਂ ਪਹਿਲਾਂ 1690 ਵੈਕੈਂਸੀਆਂ ਕਢਾਈਆਂ ਗਈਆਂ ਸੀ ਉਸ ਤੋਂ ਬਾਅਦ 310 ਹੋਰ ਵੈਕੈਂਸੀ ਤੇ ਬਾਅਦ ਵਿੱਚ 100 ਹੋਰ ਵੈਕੈਂਸੀ ਨੂੰ ਐਡ ਕੀਤਾ ਗਿਆ ਸੀ ਤੇ ਟੋਟਲ ਇਸ ਤੀਆਂ ਜੋ ਕਿ ਵੈਕੈਂਸੀਆਂ 2100 ਦੇ ਕਰੀਬ ਬਣ ਗਈਆਂ ਸੀ ਤੇ ਦੋਸਤੋ ਇਹਨਾਂ ਦਾ ਜੋ ਕਿ ਰਿਟਨ ਐਗਜ਼ਾਮੀਨੇਸ਼ਨ ਦੀ ਜੋ ਡੇਟ ਹੈ ਹੁਣ ਉਹ ਆਊਟ ਕਰ ਦਿੱਤੀ ਗਈ ਹੈ ਤੇ ਕਦੋਂ ਇਸ ਦਾ ਪੇਪਰ ਹੋਣ ਵਾਲਾ ਹੈ ਤੇ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੇਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਸਾਡਾ Telegram ਚੈਨਲ ਵਿਦਿਊਸੀ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਜਿਵੇਂ ਕਿ ਦੇਖ ਸਕਦੇ ਹੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਇਹ ਜੋ ਅਫੀਸ਼ੀਅਲ ਸਾਈਟ ਹੈ ਤੇ ਇਹਨਾਂ ਦੇ ਜੋ ਕਿ ਅਫੀਸ਼ੀਅਲ ਪੇਜ ਤੇ ਆਕੇ ਤੁਹਾਨੂੰ ਇੱਥੇ ਇੱਕ ਜੋ ਕਿ ਨਵਾਂ ਨੋਟਿਸ ਜਾਰੀ ਹੋ ਚੁੱਕਾ ਹੈ B10 2022 ਨੂੰ ਇੱਥੇ ਕੀ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਤੇ ਚੱਲਦੇ ਹਾਂ ਅਸੀਂ ਡਾਊਨਲੋਡ ਕਰਦੇ ਹਾਂ ਇਸ ਨੋਟੀਫਿਕੇਸ਼ਨ ਨੂੰ ਤੇ ਦੋਸਤੋ ਇਹ ਨੋਟੀਫਿਕੇਸ਼ਨ ਜੋ ਕਿ ਡਾਊਨਲੋਡ ਹੋ ਚੁੱਕਿਆ ਹੈ ਜੇਕਰ ਤੁਸੀਂ ਇਸ ਨੋਟੀਫਿਕੇਸ਼ਨ ਨੂੰ ਖੁਦ ਡਾਊਨਲੋਡ ਕਰਕੇ ਚੈੱਕ ਆਊਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰam ਚੈਨਲ ਤੇ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਉੱਥੇ ਇਸ ਦਾ ਲਿੰਕ ਮਿਲ ਜਾਵੇਗਾ ਸਿੱਧਾ ਡਾਊਨਲੋਡ ਤੇ ਕਲਿੱਕ ਕਰਨਾ ਹੈ ਤੇ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਚੈੱਕ ਆਊਟ ਕਰ ਸਕਦੇ ਹੋ ਤੇ ਇਹ ਨੋਟਿਸ ਜੋ ਕਿ ਇੰਗਲਿਸ਼ ਅਤੇ ਪੰਜਾਬੀ ਦੋਨਾਂ ਲੈਂਗੁਏਜ ਵਿੱਚ ਹੈ ਤੇ ਚਲਦੇ ਹਾਂ ਪੜ੍ਹਦੇ ਹਾਂ ਸ ਨੋਟੀਫਿਕੇਸ਼ਨ ਨੂੰ ਇੱਕ ਚੰਦਕ ਨੋਟਿਸ ਹੈ ਜਿਵੇਂ ਕਿ ਇਸ ਦਾ ਵਿਗਿਆਪਨ ਨੰਬਰ 299 2022 ਸਾਹ ਇੱਕ ਲਾਈਨਮੈਂਟ ਦੀ ਅਸਾਮੀ ਸੰਬੰਧੀ ਜੋ ਕਿ ਵੈਕੈਂਸੀਆਂ ਮੰਗੀਆਂ ਗਈਆਂ ਸੀ ਤੇ ਇੱਥੇ ਪੜ੍ਹਦੇ ਹਾਂ ਕਿ ਇਹਨਾਂ ਦਾ ਜੋ ਕਿ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਪੀਐਸਸੀ ਪੀਐਸਪੀਸੀਐਲ ਵੱਲੋਂ ਸਾਹ ਇੱਕ ਲਾਈਨਮੈਂਟ ਦੀ ਅਸਾਮੀ ਵਿਰੁੱਧ ਮਿਤੀ 2 ਨਵੰਬਰ 2022 ਯਾਨੀ ਕਿ 2 ਨਵੰਬਰ ਨੂੰ ਤੁਹਾਡਾ ਇੱਥੇ ਪੇਪਰ ਹੋਣ ਵਾਲਾ ਹੈ ਤੇ ਦੋਸਤੋ ਤੁਸੀਂ ਇੱਕ ਵਾਰ ਫਿਰ ਤੋਂ ਸੁਣ ਲਓ ਕਿ ਇਸ ਦਾ ਜੋ ਕਿ ਪੀ ਸਪੈਸ਼ਲ ਅਸਿਸਟੈਂਟ ਲਾਈਨਮੈਨ ਦਾ ਜੋ ਕਿ ਪੇਪਰ ਹੈ 2 ਨਵੰਬਰ ਨੂੰ ਹੋਣ ਵਾਲਾ ਹੈ ਆਨਲਾਈਨ ਪ੍ਰੀਖਿਆ ਹੋਵੇਗੀ ਜਿਸ ਦਾ ਐਡਮਿਟ ਕਾਰਡ ਹੈ ਜੋ ਕਿ ਇਹਨਾਂ ਦੀ ਜੋ ਕਿ ਆਫੀਸ਼ੀਅਲ ਸਾਈਟ ਤੇ 72 ਘੰਟੇ ਪਹਿਲਾਂ ਜੋ ਕਿ ਜਾਰੀ ਕਰ ਦਿੱਤੇ ਜਾਵੇਗਾ ਜਾਨੀ ਕਿ 3-4 ਦਿਨ ਪਹਿਲਾਂ ਇਸ ਦਾ ਜੋ ਕਿ ਐਡਮਿਟ ਕਾਰਡ ਤੁਹਾਡੇ ਜੋ ਕਿ ਇਸ ਦੀ ਸਾਈਟ ਤੇ ਜਾਂ ਫਿਰ ਤੁਹਾਡੇ ਐਡਮਿਟ ਕਾਰਡ ਇਹਨਾਂ ਦੀ ਜੋ ਕਿ ਈਮੇਲ ਤੇ ਆ ਜਾਵੇਗਾ ਤੇ ਦੋਸਤੋ ਇਸ ਨੂੰ ਤੁਸੀਂ ਜਦੋਂ ਡਾਊਨਲੋਡ ਕਰਨਾ ਹੈ ਤਾਂ ਤੁਸੀਂ 72 ਘੰਟੇ ਪਹਿਲਾਂ ਇਸ ਨੂੰ ਜੋ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਆਪਣੇ ਐਗਜ਼ਾਮ ਸਿਟੀ ਐਗਜ਼ਾਮ ਡੇਟ ਨੂੰ ਐਗਜ਼ਾਮ ਸੈਂਟਰ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਦੇ ਲਈ ਤੁਸੀਂ ਇਹਨਾਂ ਦੀ ਸਮਸਮੇਸ਼ੀਰ ਵੈੱਬਸਾਈਟ ਤੇ ਆਪਣੀ ਈਮੇਲ ਨੂੰ ਤੁਸੀਂ ਸਮਸਮੇਸ਼ੀਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਜਦੋਂ ਵੀ ਇਹਨਾਂ ਦਾ ਐਡਮਿਟ ਕਾਰਡ ਆ ਜਾਵੇ ਤੁਸੀਂ ਐਗਜ਼ਾਮ ਸਿਟੀ ਤੇ ਐਗਜ਼ਾਮ ਜੋ ਕਿ ਸ਼ਿਫਟ ਜਾਂ ਡੇਟ ਨੂੰ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤੇ ਦੋਸਤੋ ਇੱਥੇ ਦੱਸਿਆ ਜਾ ਰਿਹਾ ਹੈ ਕਿ ਉਮੀਦਵਾਰਾਂ ਦੀ ਸਹੂਲਤ ਲਈ ਮਿਤੀ 1 ਨਵੰਬਰ ਤੋਂ ਲੈ ਕੇ ਸਵੇਰੇ 10 ਤੋਂ ਲੈ ਕੇ 2 ਵਜੇ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੁਵਿਧਾ ਕੇਂਦਰ ਸਥਾਪਿਤ ਕੀਤੇ ਜਾਣਗੇ ਜੇਕਰ ਕਿਸੇ ਉਮੀਦਵਾਰ ਨੂੰ ਈ ਐਡਮਿਟ ਕਾਰਡ ਜਾਂ ਰੋਲ ਨੰਬਰ ਸੰਬੰਧੀ ਪੁੱਛਗਿੱਛ ਕਰਨੀ ਹੋਵੇ ਤਾਂ ਤੁਸੀਂ ਇਹਨਾਂ ਯੋਗ ਸੇਵਾ ਕੇਂਦਰ ਸੂਵਿਧਾ ਸੇਵਾ ਕੇਂਦਰ ਵਿੱਚ ਤੁਸੀਂ ਇਹਨਾਂ ਦੀ ਜੋ ਕਿ ਹੈਲਪ ਲੈ ਸਕਦੇ ਹੋ ਤੇ ਦੋਸਤੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਪੀਐਸਪੀਸੀਐਲ ਦਾ ਐਗਜ਼ਾਮ 2 ਨਵੰਬਰ ਨੂੰ ਹੋਣ ਵਾਲਾ ਹੈ ਤੇ ਇਸ ਦੇ ਲਈ ਜੋ ਕਿ ਐਡਮਿਟ ਕਾਰਡ ਤੁਹਾਡੇ ਜਲਦੀ ਹੀ ਜਾਰੀ ਹੋਣ ਵਾਲੇ ਹਨ ਤੇ ਜੇਕਰ ਤੁਸੀਂ ਐਡਮਿਟ ਕਾਰਡ ਨੂੰ ਵੀ ਡਾਊਨਲੋਡ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚਲਦੇ ਹਾਂ ਮਿਲਦੇ ਹਾਂ ਹੋਰ ਕਿਸੇ ਨੈਕਸਟ ਵੀਡੀਓ ਦੇ ਵਿੱਚ ਜੈਹਨ ਜੈ ਵਾਟ